अस्सलाम वालेकुम जी, मैं थोड़ा अपना होस्ट बाबा जी, सेव हिस्टोरिकल प्लेसिस ऑफ पाकिस्तान, खोरे सच संताली दे बिटर ट्रुथ ऑफ 1947। मैं थोड़ा हसबे वादा फिर एक खोरा सच सामने लेके आ रहा वहाँ। कुछ लोगों ने बहुत ज़्यादा सारे पेजेस जोड़े ने ऑनलाइन ऐसे किए हुए हैं कि जिद सिर्फ लिखे हुआ उन्होंने कि अगर जोड़े लोग वैसट नॉर्थ वैसट पंजाब तो गए ने उन्होंने ही जुलम ज्यादतियाँ हुई ने और उन्होंने ही सारा कुछ होया, बाकी जोड़े लोग अमृतसर बटाला बठिंडा और करनाल दिल्ली तो उजड़ के आए ने या राजस्थान तो आए ने या रोहतक तो आए ने उन्होंने कुछ भी नहीं होया। लेकिन खोरे सच तुसी सुनो अपनी कनी तो मेरा ख्याल है ज़्यादा बेहतर होएगा, क्योंकि मेरे हमेशा दे प्रोग्राम की तरह जिड़ी चीज़ मैं तुहानू कहा कि मैं लाइव और उस वेले रिकॉर्ड करके नॉट अ प्री प्लान नॉट अ पहले तो कोई चीज़ भी मेरी जड़ी है और डिसाइड नहीं होंगी और मैं सिर्फ और सिर्फ वो बुजुर्ग तलाश करना वा जिड़े कि संताली तो पहले जिन्हें बर्थ सी या उन्होंने होश सी या उन्होंने संताली अपनी अखा नाल वंड देखी। बुजुर्गो की नाम है अपना? नज़ीर अहमद। नज़ीर अहमद तो प्यार ना तुहानू की कहंदे ने? बिल्ला पहलवान। बिल्ला पहलवान जी, इन्हां दा नाम है बिल्ला पहलवान। और तुसी कित्थे दे रहण वाले हो? गुरदासपुर। जिला गुरदासपुर जी। और मोहल्ला? दस बारह घर सन। अच्छा, कलबूतरी दरवाजा दे अंदर जाके ਤੋਬੀਆਂ ਵਾਲੀ ਮਸਜਿਦ ਦੇ ਕੋਲ ਪੁਰਾਣਾ ਬਾਜ਼ਾਰ। ਹਾਂਜੀ, ਪੁਰਾਣਾ ਬਾਜ਼ਾਰ। ਪੁਰਾਣਾ ਬਾਜ਼ਾਰ। ਤੁਹਾਡੇ ਵਾਲਦ ਸਾਹਿਬ ਦਾ ਕੀ ਨਾਮ? ਫਜ਼ਲਦੀਨ। ਔਰ ਤੁਹਾਨੂੰ ਆਪਣੇ ਦਾਦਾ ਜੀ ਦਾ ਨਾਮ ਯਾਦ ਹੈ? ਨਾ ਯਾਰ, ਉਹਦਾ ਨਹੀਂ ਨਾ, ਨਾਮ ਨਹੀਂ ਯਾਦ ਦਾਦਾ ਜੀ ਦਾ, ਫਜ਼ਲਦੀਨ। ਔਰ ਆਪਣਾ ਨਾਮ ਦੁਬਾਰਾ ਰਿਪੀਟ ਕਰੋ। ਨਜ਼ੀਰ ਅਹਿਮਦ। ਨਜ਼ੀਰ ਅਹਿਮਦ ਭਾ ਬਿੱਲੇ ਦੇ ਨਾਮ ਤੋਂ ਅੱਜ ਕੱਲ੍ਹ ਸੈਦ ਮਿੱਠਾ ਬਾਜ਼ਾਰ ਦੇ ਅੰਦਰ ਫ੍ਰੀ ਪਾਰਟੀਸ਼ਨ ਦੀ ਇੱਕ ਹਸਤੀ ਨੇ। ਔਰ ਤੁਸੀਂ ਤੁਹਾਡੀ ਕਿੰਨੀ ਉਮਰ ਸੀ ਜਦੋਂ 1917 ਸਾਲ, ਮਤਲਬ ਕਿ ਤੁਸੀਂ ਬਾਸ਼ਾਉਰ ਉਸ ਵੇਲੇ ਤੁਸੀਂ ਹਰ ਚੀਜ਼ ਨੂੰ ਆਪਣੀਆਂ ਅੱਖਾਂ ਨਾਲ ਦੇਖਿਆ? ਹਾਂਜੀ। ਤੁਸੀਂ ਜਦੋਂ ਅੰਮ੍ਰਿਤਸਰ ਰਹਿ ਰਹੇ ਸੀ ਤੇ ਕਿਹੜਾ ਮਾਹੌਲ ਸੀ ਤੁਹਾਡਾ ਅੰਮ੍ਰਿਤਸਰ ਦਾ? ਬਾਜੀ ਇਹੋ ਜੀ, ਇੱਧਰ ਦੇ ਲੋਕ ਇੱਧਰ ਵੱਢੀ ਜਾਂਦੇ ਸੀ, ਉਧਰ ਦੇ ਉਧਰ ਵੱਢੀ ਜਾਂਦੇ ਸੀ, ਤੇ ਨਸ ਭੱਜ ਸੀ, ਜਿਹੜਾ ਨਿਕਲ ਆਇਆ ਸੋ ਨਿਕਲ ਆਇਆ, ਜਿਹੜਾ ਰਹਿ ਗਿਆ ਸੋ ਮਰ ਗਿਆ। ਅੰਮ੍ਰਿਤਸਰ ਦੇ ਤੁਸੀਂ ਆਉਣ ਲੱਗੇ ਹੋ, ਉੱਥੋਂ ਆਪਣਾ ਘਰ ਛੱਡਣ ਲੱਗੇ ਹੋ ਤੇ ਹਰ ਬੰਦੇ ਨੂੰ ਤਕਲੀਫ ਹੁੰਦੀ ਹੈ। ਤੁਹਾਨੂੰ ਆਪਣਾ ਘਰ ਯਾਦ ਆਉਂਦਾ? ਆਉਂਦਾ, ਕਿਉਂ ਨਹੀਂ ਆਉਂਦਾ? ਅਗਰ ਤੁਹਾਨੂੰ ਕੋਈ ਉੱਥੋਂ ਰਾਬਤਾ ਕਰੇ ਔਰ ਤੁਹਾਨੂੰ ਤੁਹਾਡਾ ਘਰ ਦਿਖਾ ਦੇਵੇ ਤੁਹਾਨੂੰ ਕਿਹੋ ਲੱਗੇਗਾ? ਔਰ ਤੁਹਾਨੂੰ ਆਪਣੇ ਕੋਈ ਬਚਪਨ ਦੇ ਜਿਹੜੇ ਦੋਸਤ ਜਿਹੜੇ ਤੁਹਾਡੇ ਉੱਥੇ ਦੋਸਤ ਸਨ ਉਹਨਾਂ ਵਿੱਚੋਂ ਜਿਹੜੀ ਤੁਸੀਂ ਜਿਸ ਤਰ੍ਹਾਂ ਉਹਨੇ ਕਿਹਾ ਧੋਬੀਆਂ ਵਾਲੀ ਮਸੀਤ ਹੈ ਉਹਦੇ ਕੋਲ ਤੁਹਾਨੂੰ ਕੋਈ 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 ਇੱਕ ਦੋ ਨਾਮ ਐਸੇ ਯਾਦ ਨੇ ਜਿਹੜੇ ਤੁਹਾਡੇ ਦੋਸਤ ਸਨ? ਇੱਧਰ ਆ ਚੁੱਕੇ ਨੇ, ਕੋਈ ਸਿਆਲਕੋਟ ਹੈ, ਕੋਈ ਆਪਣਾ ਫੈਸਲਾਬਾਦ ਹੈ, ਕੋਈ ਲਾਹੌਰ ਹੈ, ਕੋਈ ਕਰਾਚੀ ਹੈ। ਇਹ ਤਾਂ ਤੁਹਾਡੇ ਜਿਹੜੇ ਮੁਸਲਮਾਨ ਦੋਸਤ ਸਨ? ਹਾਂਜੀ, ਠੀਕ ਹੈ ਜੀ। ਉਸ ਤੋਂ ਇਲਾਵਾ ਤੁਸੀਂ ਦੱਸਿਆ ਕਿ ਤੁਹਾਡੇ ਨਾਲ ਹਿੰਦੂ ਦੋਸਤ ਵੀ ਸਨ ਉਸ ਵੇਲੇ? ਪਿਛਲੇ ਮਹੱਲੇ ਸੀ ਸਾਰੇ ਹਿੰਦੂਆਂ ਦਾ ਦੋਸਤਾਂ ਨਾਲ ਹੀ, ਕੋਈ ਨਹੀਂ ਰੁਕੇ। ਅੱਛਾ, ਔਰ ਤੁਹਾਡੇ ਸਿੱਖ ਜਿਹੜੇ ਉੱਥੇ ਰਹਿੰਦੇ ਸਨ? ਸਾਡੇ ਘਰਾਂ ਕੋਲ ਸਿੱਖ ਵੀ ਕੋਈ ਨਹੀਂ, ਹਿੰਦੂ ਹੀ ਹਿੰਦੂ ਸਨ। ਹਿੰਦੂ ਹਿੰਦੂ ਰਹਿੰਦੇ ਸਨ ਜ਼ਿਆਦਾ ਅੰਮ੍ਰਿਤਸਰ ਦੇ ਵਿੱਚ? ਨਹੀਂ ਜੀ, ਬਟ ਉੱਥੇ ਗੁਰਦਾਸਪੁਰ ਦੇ ਵਿੱਚ। ਗੁਰਦਾਸਪੁਰ ਦੇ ਅੰਦਰ, ਠੀਕ ਹੋ ਗਿਆ। ਅਤੇ ਫਿਰ ਤੁਸੀਂ ਜਦੋਂ ਉੱਥੋਂ ਤੁਹਾਨੂੰ ਕਿਸ ਤਰ੍ਹਾਂ ਤੁਹਾਨੂੰ ਯਾਦ ਹੈ ਕਿ ਵੀ ਕੀ ਐਲਾਨ ਹੋਇਆ ਔਰ ਕਿਸ ਤਰੀਕੇ ਨਾਲ ਐਲਾਨ ਹੋਇਆ ਕਿ ਵੀ ਪਾਕਿਸਤਾਨ ਬਣਨ ਜਾ ਰਿਹਾ? ਪਾਕਿਸਤਾਨ ਬਣਿਆ ਜੀ, 8 ਦਿਨ ਪਾਕਿਸਤਾਨ ਰਿਹਾ ਅਤੇ ਦੁਨੀਆ ਮਰਦੀ ਰਹੀ ਅਤੇ ਵੱਢਦੇ ਰਹੇ, ਅਤੇ 8 ਦਿਨ ਤੋਂ ਬਾਅਦ ਫਿਰ ਉਹ ਹਿੰਦੁਸਤਾਨ ਬਣਿਆ, ਫਿਰ ਸਾਨੂੰ ਫੌਜੀ ਗੱਡੀਆਂ ਨੇ ਚੁੱਕਿਆ ਅਤੇ ਆ ਲਿਆ ਸੁੱਟਿਆ ਅਟਾਰੀ ਅਟਾਰੀ ਅਟਾਰੀਓ ਫਿਰ ਅਸੀਂ ਬੈਠੇ ਤੇ ਇੱਧਰ ਨੂੰ। ਅਟਾਰੀ ਤੱਕ ਤੁਸੀਂ ਕੀ ਦੇਖਿਆ ਰਸਤੇ ਦੇ ਵਿੱਚ? ਬਸ ਦੁਨੀਆ ਮਰੀ ਪਈ ਦੇਖੀ ਬੇਸ਼ੁਮਾਰ ਜਿੱਥੋਂ ਜਿੱਥੋਂ ਆਏ। ਹਾਂਜੀ, ਸੜਕਾਂ 'ਚ ਪਏ ਨੇ, ਜਿੱਦਾਂ ਕੁੱਤੇ ਮਰੇ ਨੇ, ਬੰਦੇ ਮਰੇ ਸੀ, ਇਹ ਨਹੀਂ ਪਤਾ ਮੁਸਲਮਾਨ ਸੀ, ਸਿੱਖ ਸੀ, ਬੁੱਢੀਆਂ ਸੀ, ਇਨਸਾਨ ਸਨ, ਇਨਸਾਨ ਹੈ, ਇਨਸਾਨ ਸਨ ਸਾਰੇ, ਕੋਈ ਸਾਡੇ ਸੀ, ਕੋਈ ਉਹਨਾਂ ਦੇ ਸੀ, ਕਿ ਰਲ ਮਿਲ ਸੀ, ਕੋਈ ਇਹ ਨਹੀਂ ਹੈ ਕਿ ਵੀ ਕੋਈ ਕਈ ਇੱਕ ਮਜ਼ਹਬ ਦਾ ਬੰਦਾ ਨਹੀਂ ਸੀ, ਨਹੀਂ ਨਹੀਂ, ਸਾਰੇ ਮਜ਼ਹਬਾਂ ਦੇ ਲੋਕ ਸਨ, ਬਿਲਕੁਲ, ਔਰ ਇਨਸਾਨ ਨਜ਼ਰ ਆ ਰਹੇ ਸਨ। ਇਹ ਬਹੁਤ ਵੱਡੀ ਗੱਲ ਹੈ ਕਿ ਇੱਕ ਹਿਊਮੈਨਿਟੀ ਦੀ ਗੱਲ ਹੈ, ਇਨਸਾਨੀਅਤ ਦੀ ਗੱਲ ਹੈ, ਕਿ ਜਿਹਦਾ ਪ੍ਰਚਾਰ ਹਰ ਮਜ਼ਹਬ ਕਰਦਾ ਹੈ ਔਰ ਹਰ ਮਜ਼ਹਬ ਕਹਿੰਦਾ ਹੈ ਕਿ ਸਭ ਤੋਂ ਪਹਿਲੇ ਇਨਸਾਨ ਹੈ, ਉਸ ਤੋਂ ਬਾਅਦ ਇਨਸਾਨ ਦੁਨੀਆ 'ਤੇ ਆਇਆ ਤਾਂ ਉਹਦੇ ਵਾਸਤੇ ਫਿਰ ਧਰਮ ਦੀ ਜ਼ਰੂਰਤ ਪਈ, ਮਜ਼ਹਬ ਦੀ ਜ਼ਰੂਰਤ ਪਈ, ਦੀਨ ਦੀ ਜ਼ਰੂਰਤ ਪਈ, ਕਿਉਂਕਿ ਪਹਿਲੇ ਇਨਸਾਨੀਅਤ ਦੇ ਬਾਅਦੋਂ ਕੋਈ ਔਰ ਚੀਜ਼ ਹੈ।
ਫਿਰ ਜਦੋਂ ਤੁਸੀਂ ਇੱਥੇ ਪਹੁੰਚੇ ਹੋ ਤੇ ਤੁਹਾਨੂੰ ਕੀ ਕਿਹਾ ਗਿਆ ਕਿ ਵੀ ਤੁਸੀਂ ਕਿੱਥੇ ਜਾਓ ਅਟਾਰੀ ਤੋਂ? ਕਿਤੇ ਵੀ ਨਾ ਜਾਓ, ਨਾ ਪਾਕਿਸਤਾਨ ਜਾ ਕੇ ਜਿੱਥੇ ਮਰਜ਼ੀ ਜਾਓ। ਤੁਸੀਂ ਲਾਹੌਰ ਆ ਗਏ? ਅਸੀਂ ਸਿੱਧੇ ਹੀ ਇੱਥੇ ਆ ਗਏ, ਕਿਉਂਕਿ ਤੁਸੀਂ ਪਹਿਲੇ ਤੁਸੀਂ ਦੱਸਿਆ ਕਿ ਤੁਹਾਡੇ ਰਿਸ਼ਤੇਦਾਰ ਇੱਥੇ, ਪਹਿਲੇ ਵੀ ਸੈਦ ਮਿੱਠਾ, ਠੀਕ ਹੋ ਗਿਆ, ਸੈਦ ਮਿੱਠਾ ਬਾਜ਼ਾਰ ਦੇ ਵਿੱਚ ਤੁਸੀਂ ਆ ਗਏ। ਅਤੇ ਤੁਸੀਂ ਜਦੋਂ ਇੱਥੇ ਆਏ ਅੰਦਰੂਨ ਸ਼ਹਿਰ ਦੇ ਵਿੱਚ, ਤਾਂ ਇੱਥੇ ਕੀ ਆਲਮ ਸੀ ਅੱਗੇ? ਇੱਥੇ ਉਹੀ ਅਲੱਗਾਂ ਲੱਗੀਆਂ ਹੀ ਆ, ਅਤੇ ਬੂਝੇ ਮਕਾਨ, ਅਤੇ ਡਿੱਗੇ ਮਕਾਨ, ਡੱਠੇ ਮਕਾਨ, ਕੋਈ ਸਾਬਤ ਮਕਾਨ। ਅੱਛਾ, ਤੁਸੀਂ ਕੋਈ ਦੇਖਿਆ ਕਿ ਕੌਣ ਲੋਕ ਸਨ ਉਹ ਜਿਹੜੇ ਇੱਥੋਂ ਦਾ? ਸਾਨੂੰ ਨਹੀਂ ਪਤਾ ਕੌਣ ਕੌਣ, ਜਦੋਂ ਹਿੰਦੂ ਅਤੇ ਮੁਸਲਮਾਨ ਦੋਨੋਂ ਹੀ ਸੀ, ਦੋਨਾਂ ਨੇ ਮਾਰ ਆਮ ਸਾਹਮਣੇ ਵੱਜਦੀਆਂ, ਉਹਦੇ ਵਿੱਚ ਕੀ ਹੋ ਸਕਦਾ? ਤੁਸੀਂ ਜਦੋਂ ਇਹ ਸੈਦ ਮਿੱਠਾ ਬਾਜ਼ਾਰ ਦੇ ਵਿੱਚ ਆਏ ਤਾਂ ਤੁਸੀਂ ਇੱਥੇ ਜ਼ਿਆਦਾ ਟੁੱਟਬਾਜ ਦੇਖੀ? ਆਪ ਮੁੱਕ ਗਈ ਸੀ ਜਦੋਂ ਅਸੀਂ ਇੱਥੇ ਆ ਚੁੱਕੇ ਹਾਂ, ਉਦੋਂ ਕੋਈ ਮਾਰਕੀਟ ਆਈ ਨਹੀਂ ਸੀਗੀ, ਉਦੋਂ ਬਸ ਮਲਬੇ ਮਲਬੇ ਹੀ ਸੀ, ਮਲਬੇ ਪਏ ਸਨ। ਅਤੇ ਤੁਹਾਡਾ ਜਿਹੜਾ ਕਾਫਲਾ ਚੱਲਿਆ, ਤੁਸੀਂ ਦੱਸਿਆ ਤੁਹਾਡੇ 8-10 ਘਰ ਸਨ, ਅਤੇ ਤੁਸੀਂ 8-10 ਘਰਾਂ ਦੇ ਵਿੱਚੋਂ ਤੁਹਾਡਾ ਕੋਈ ਨੁਕਸਾਨ ਤਾਂ ਨਹੀਂ ਹੋਇਆ? ਨਹੀਂ, ਸਾਡਾ ਬਸ ਘਰ ਹੀ ਘਰ ਨੁਕਸਾਨ, ਤਾਂ ਸਮਾਨ ਛੱਡ ਆਏ ਹਾਂ ਅਤੇ ਆਪਣੇ ਬੱਚਿਆਂ ਨੂੰ ਲੈ ਕੇ ਟੁਰ ਆਏ, ਘਰ ਭਰੇ ਭੁਰੇ ਛੱਡ ਕੇ ਆਏ ਸਾਰਾ ਕੁਝ। ਮਾਂ ਪਿਓ ਨੂੰ ਲੈ ਕੇ ਇੱਥੇ ਆ ਗਏ। ਤੁਹਾਨੂੰ ਯਾਦ ਹੈ ਤੁਹਾਡੇ ਘਰ ਦੇ ਵਿੱਚ ਕਿੰਨੇ ਕਮਰੇ ਸਨ, ਕਿੰਨਾ ਕੀ ਕਿਸ ਤਰੀਕੇ ਦਾ ਨਿਜ਼ਾਮ ਸੀ, ਕਿੰਨੇ ਮੰਜ਼ਿਲਾਂ ਘਰ ਸੀ ਤੁਹਾਡਾ ਉੱਥੇ? 3 ਮੰਜ਼ਿਲਾਂ। 3 ਮੰਜ਼ਿਲਾਂ ਮਕਾਨ ਸੀ ਉੱਥੇ, ਉਹ ਤੁਹਾਡੀ ਫੈਮਿਲੀ ਉੱਥੇ ਖੁਸ਼ੀ ਖੁਸ਼ਹਾਲੀ? ਤੁਹਾਡੇ ਵਾਲਦ ਸਾਹਿਬ ਕੀ ਕੰਮ ਕਰਦੇ ਸਨ? ਮੇਰੇ ਵਾਲਦ ਸਾਹਿਬ ਜਿਹੜੇ ਸੀ ਉਹ ਠੇਕੇਦਾਰ ਸੀ। ਅੱਛਾ, ਇਹਦੇ 'ਚ ਫੌਜ ਨੂੰ ਮਾਲ ਮੂਲ ਭੇਜਦੇ ਸੀ। ਅੱਛਾ, ਮਿਲਟਰੀ ਨੂੰ ਸਪਲਾਈ ਸੀ? ਸਪਲਾਈ ਸੀ। ਔਰ ਇੱਥੇ ਆ ਕੇ ਤੁਹਾਨੂੰ ਠੀਕ ਘਰ ਮਿਲਿਆ? ਉਹ ਫਿਰ ਸਾਡਾ ਪਿਓ ਆਉਣ ਤੋਂ ਪਹਿਲੇ ਉੱਥੇ ਹੀ ਮਰ ਗਏ, ਪਹਿਲੇ ਹੀ ਫੌਤ ਹੋ ਗਏ ਸਨ, ਪਹਿਲੇ ਬਸ ਉਹਨਾਂ ਨੂੰ ਕੋਈ ਥੋੜ੍ਹੀ ਤਕਲੀਫ ਹੋਈ ਜੋ ਮਰ ਗਏ। ਅੱਛਾ, ਆਪਣੀ ਮਿੱਟੀ ਸੀ? ਆਪਣੀ ਮਿੱਟੀ, ਅਸੀਂ ਫਿਰ ਬਾਅਦ 'ਚ ਕਿਉਂਕਿ ਲੈ ਕੇ ਭੈਣਾਂ ਭਰਾਵਾਂ ਲੈ ਕੇ ਇੱਥੇ ਪਹੁੰਚ ਗਏ। ਅੱਛਾ, ਅਤੇ ਕਦੀ ਦੁਬਾਰਾ ਵਾਪਸ? ਨਹੀਂ, ਸਾਨੂੰ ਤਾਂ ਇੱਧਰ ਤਾਂ ਵੜਨ ਹੀ ਨਹੀਂ ਦਿੰਦੇ, ਅਤੇ ਵਾਹਗਾ ਨਹੀਂ ਲੰਘਣ ਦਿੰਦੇ, ਪੰਜਾਬ ਨੂੰ ਦਿੰਦੇ ਕਦੋਂ ਨੇ ਕੋਈ ਚੀਜ਼? ਇਜਾਜ਼ਤ ਨਹੀਂ ਮਿਲਦੀ? ਨਹੀਂ ਜੀ, ਕੋਈ ਇਜਾਜ਼ਤ ਨਹੀਂ। ਦਿਲ ਕਰਦਾ ਗੁਰਦਾਸਪੁਰ ਦੇਖਣ? ਹਾਂ ਜੀ, ਰੋਜ਼ ਦਿਲ ਕਰਦਾ ਵੀ ਅਸੀਂ ਵੀ ਸੈਰ ਕਰੀਏ ਆਪਣੇ ਸ਼ਹਿਰ 'ਚ। ਹਾਂ, ਇਹ ਦਿੱਲੀ ਦਾ ਮਿਲਦਾ, ਉੱਧਰ ਦੇ ਇਲਾਕਿਆਂ ਦਾ ਮਿਲਦਾ, ਯੂਪੀ ਸੀਪੀ ਦਾ ਮਿਲਦਾ। ਗੁਰਦਾਸਪੁਰ ਦਾ ਵੀਜ਼ਾ ਨਹੀਂ? ਨਹੀਂ ਜੀ, ਅੰਮ੍ਰਿਤਸਰ ਦਾ ਵੀ ਨਹੀਂ ਮਿਲਦਾ। ਅੰਮ੍ਰਿਤਸਰ ਦਾ ਵੀ ਨਹੀਂ ਮਿਲਦਾ? ਨਹੀਂ ਮਿਲਦਾ, ਇਹ ਬੰਦ, ਇਹ ਬਿਲਕੁਲ ਬੰਦ। ਮੇਰੀ ਹੰਬਲੀ ਰਿਕੁਐਸਟ ਹੈ ਕਿ ਮੇਰੀ ਵੀਡੀਓਜ਼ ਬਹੁਤ ਜ਼ਿਆਦਾ ਦੂਰ ਤੱਕ ਜਾਂਦੀ ਹੈ, ਇੰਟਰਨੈਸ਼ਨਲੀ ਲੋਕ ਸੁਣਦੇ ਨੇ, ਸੰਗਤਾਂ ਬੜੀ ਦੂਰੋਂ ਸੁਣਦੀਆਂ ਨੇ। ਤੁਸੀਂ ਇੱਕ ਸੱਚ ਦੀ ਆਵਾਜ਼ ਸੁਣੋ ਕਿ ਵੀ ਜਿਸ ਤਰ੍ਹਾਂ ਤੁਸੀਂ ਲਾਹੌਰ ਨੂੰ ਯਾਦ ਕਰਦੇ ਹੋ, ਜਿਸ ਤਰ੍ਹਾਂ ਖਿੱਤਾ ਪਠਵਾਰ ਨੂੰ ਯਾਦ ਕਰਦੇ ਹੋ, ਨੌਰਥ ਵੈਸਟ ਨੂੰ ਯਾਦ ਕਰਦੇ ਹੋ, ਭਾ ਬਿੱਲੇ ਹੋਰੀ ਮੇਰੇ ਸਾਹਮਣੇ ਬੈਠੇ ਨੇ, ਇਹ ਆਪਣੇ ਗੁਰਦਾਸਪੁਰ ਨੂੰ ਯਾਦ ਕਰਦੇ ਨੇ, ਉਂਝ ਤਾਂ ਮੇਰੀਆਂ ਜੜ੍ਹਾਂ ਵੀ ਗੁਰਦਾਸਪੁਰ ਦੀਆਂ ਨੇ। ਬਰਕੈਫ ਸਾਡਾ ਸੀ ਰਾਵੀਓਂ ਆਰ ਸਾਂ, ਇਹ ਰਾਵੀਓਂ ਪਾਰ ਸਨ, ਲਿਹਾਜ਼ਾ ਇਹਨਾਂ ਨੂੰ ਉਹ ਤਕਲੀਫ ਉਹਨਾਂ ਦੇ ਅੰਦਰ ਹੈ, ਮੌਜੂਦ ਹੈ। ਔਰ ਉਹ ਕਹਿ ਰਹੇ ਨੇ ਦਬੇ ਅਲਫਾਜ਼ਾਂ ਦੇ ਵਿੱਚ ਕਿ ਮੈਨੂੰ ਆਪਣਾ ਘਰ ਵੀ ਯਾਦ ਆਉਂਦਾ ਅਤੇ ਮੈਨੂੰ ਆਪਣਾ ਮੁਹੱਲਾ ਵੀ ਯਾਦ ਆਉਂਦਾ। ਮਿੱਟੀ ਦੀ ਖੁਸ਼ਬੋ ਜਿਹੜੀ ਹੈ ਸਾਰੀ ਜ਼ਿੰਦਗੀ ਨਹੀਂ ਜਾਂਦੀ ਹੈ, ਇਨਸਾਨ ਜਿੱਥੇ ਵੀ ਚਲਾ ਜਾਏ ਉਹ ਆਪਣੀ ਮਿੱਟੀ ਨੂੰ ਯਾਦ ਕਰਦਾ, ਔਰ ਆਪਣੀ ਮਿੱਟੀ ਦਾ ਪਿਆਰ ਜਿਹੜਾ ਉਹ ਤੁਸੀਂ ਆਪਣੀ ਮਿੱਟੀ ਦਾ ਪਿਆਰ ਜਿਹੜਾ ਭਾ ਬਿੱਲੇ ਕੋਲੋਂ ਦੇਖ ਲਵੋ ਕਿ ਅੱਜ ਵੀ ਉਹ ਖੁਸ਼ੀ ਖੁਸ਼ਹਾਲੀ ਹੈ ਇੱਥੇ, ਜਿਹੜਾ ਇੱਕ ਲਾਹੌਰ ਦਾ ਸਿਸਟਮ ਹੈ, ਈਵਨਿੰਗ ਟਾਈਮ ਦੇ ਵਿੱਚ ਥੜਿਆਂ 'ਤੇ ਬੈਠਣਾ ਜਾਂ ਗੱਪਸ਼ੱਪ ਕਰਨੀ, ਅਤੇ ਬਜ਼ੁਰਗ ਬੈਠੇ ਨੇ ਇਸ ਮੁਹੱਲੇ ਦੇ, ਸਭ ਤੋਂ ਬਜ਼ੁਰਗ ਹਸਤੀ ਨੇ ਹੈ। ਮੈਂ ਦੁਆ ਕਰਨਾ ਵਾਂ ਕਿ ਵੀਜ਼ਾ ਪੋਲਿਸੀਸ ਜਿਹੜੀਆਂ ਨੇ ਉਹ ਸੌਫਟ ਹੋਣ, ਔਰ ਉਹ ਲੋਕ ਜਿਹੜੇ ਕਿ ਉੱਧਰੋਂ ਉਜੜ ਕੇ ਆਏ ਨੇ ਔਰ ਇੱਧਰ ਆਏ ਨੇ, ਔਰ ਜਿਹੜੇ ਇੱਥੋਂ ਉਜੜ ਕੇ ਉੱਥੇ ਗਏ ਨੇ, ਇਹਨਾਂ ਸਾਰਿਆਂ ਨੂੰ ਆਪਣੇ ਆਪਣੇ ਘਰ ਦੇਖਣ ਦੀ ਇਜਾਜ਼ਤ ਦਿੱਤੀ ਜਾਏ, ਆਪਣੇ ਆਪਣੇ ਮੁਹੱਲੇ 'ਚ ਜਾਣ ਦੀ ਇਜਾਜ਼ਤ ਦਿੱਤੀ ਜਾਏ, ਇਹ ਜਾ ਕੇ ਇੱਕ ਵਾਰੀ ਫਿਰ ਆਪਣੇ ਘਰ ਦਾ ਪਾਣੀ ਚੱਖਣ ਔਰ ਆਪਣੀ ਮਿੱਟੀ ਨੂੰ ਜਾ ਕੇ ਇੱਕ ਵਾਰੀ ਫਿਰ ਸਲਾਮ ਕਰਨ। ਅਤੇ ਮੇਰਾ ਮੈਸੇਜ ਜਿਹੜਾ ਪੀਸ ਵਾਸਤੇ, ਅਮਨ ਵਾਸਤੇ ਵੇ, ਚਾਹੇ ਇਹ ਕਿਤੇ ਤੱਕ ਵੀ ਜਾਏ ਜਾਂ ਕਿਤੇ ਤੱਕ ਵੀ ਕੋਈ ਸੁਣਿਆ ਜਾਵੇ। ਔਰ ਇੰਦਰਜੀਤ ਜੀ, ਮੈਂ ਸਪੈਸ਼ਲੀ ਇਹ ਤੁਹਾਨੂੰ ਡੈਡੀਕੇਟ ਕਰਨਾ ਮੈਂ ਵਾਲੀ ਵੀਡੀਓ, ਕਿਉਂਕਿ ਤੁਹਾਡੇ ਫੋਰ ਫਾਦਰਸ ਜਿਹੜੇ ਨੇ ਉਹ ਸੈਦ ਮਿੱਠਾ ਬਾਜ਼ਾਰ ਦੇ ਵਿੱਚ ਨੇ, ਇਹਨਾਂ ਨੇ ਹੀ ਮੈਨੂੰ ਧਰਮਸ਼ਾਲ ਦੇ ਮੁਤਲਕ ਦੱਸਿਆ ਵੀ ਤੁਹਾਡੇ ਵਾਲਦ ਸਾਹਿਬ ਦੀ ਧਰਮਸ਼ਾਲ ਜਿਹੜੀ ਦਾਦਾ ਜੀ ਦੀ ਹੈ ਉਹ ਪਿੱਛੇ ਹੈ ਔਰ ਇਸ ਵੇਲੇ ਕਨਵਰਟ ਹੋ ਚੁੱਕੀ ਹੈ ਇਮਾਮ ਬਾਰਗਾਹ ਦੇ ਵਿੱਚ। ਬਿੱਲਾ ਜੀ, ਤੁਹਾਡੇ ਨਾਲ ਗੱਲ ਕਰਕੇ ਮੈਨੂੰ ਬੜਾ ਅੱਛਾ ਲੱਗਾ। ਤੁਸੀਂ ਕੋਈ ਅੱਜ ਦੀ ਪੀੜ੍ਹੀ ਵਾਸਤੇ ਕੋਈ ਪੈਗਾਮ ਦੇਣਾ ਚਾਹੋ, ਜਿਹੜੀ ਅੱਜ ਕੱਲ੍ਹ ਦੀ ਸਾਡੀ ਨਸਲ ਹੈ ਜਿਹੜੀ ਕਹਿੰਦੀ ਹੈ ਕਿ ਆਜ਼ਾਦੀ ਬੜੀ ਆਸਾਨੀ ਨਾਲ ਮਿਲੀ ਹੈ, ਇਸ ਆਜ਼ਾਦੀ ਨਾਲ ਅਸੀਂ ਕੀ ਲਿਆ ਹੈ, ਇਹਨਾਂ ਨੂੰ ਜ਼ਰਾ ਤੁਸੀਂ ਕੀ ਮੈਸੇਜ ਦੇਣਾ ਚਾਹੋਗੇ ਕਿ ਵੀ ਕਿੰਨਾ ਮੁਸ਼ਕਲ ਹੈ ਆਜ਼ਾਦੀ ਲੈਣਾ, ਔਰ ਕਿੰਨਾ ਮੁਸ਼ਕਲ ਹੈ ਕਿ ਇੱਕ ਜਗ੍ਹਾ ਤੋਂ ਆਪਣੀ ਜਗ੍ਹਾ ਨੂੰ ਛੱਡ ਕੇ ਦੂਸਰੀ ਜਗ੍ਹਾ, ਇੱਕ ਦਰਖਤ ਨੂੰ ਪੁੱਟ ਕੇ ਦੂਸਰੀ ਜਗ੍ਹਾ ਲਿਆ ਕੇ ਲੈਣਾ, ਕੁਝ ਲੋਕ ਤਾਂ ਸਦਮੇ ਨਾਲ ਮਾਰ ਗਏ ਔਰ ਕੁਝ ਲੋਕਾਂ ਨੂੰ ਆ ਕੇ ਕੁਛ ਵੀ ਨਹੀਂ ਲੱਭਾ, ਔਰ ਕੁਛ ਲੋਕ ਕੱਖੋਂ ਲੱਖ ਹੋ ਗਏ, ਤੁਸੀਂ ਕੀ ਕਹੋਗੇ? ਅਸਾਂ ਕੀ ਕਹਿਣਾ, ਹੁਣ ਮਜ਼ਦੂਰੀ ਕਰਨੇ ਆ, ਖਾਂਦੇ ਹਾਂ ਬਸ, ਸਾਨੂੰ ਕੁਝ ਨਹੀਂ ਜੇ।
ਮੈਂ ਕਹਿੰਦਾ ਵਾਂ ਕਿ ਤੁਸੀਂ ਨੌਜਵਾਨ ਨਸਲ ਜਿਹੜੀ ਹੈ ਜਿਹੜੀ ਕਹਿੰਦੀ ਹੈ ਕਿ ਅੱਜ ਕੱਲ੍ਹ ਕਹਿੰਦੀ ਹੈ ਕਿ ਪਾਕਿਸਤਾਨ ਬੜੇ ਆਰਾਮ ਨਾਲ ਬਣ ਗਿਆ, ਠੀਕ ਹੈ, ਕੀ ਇਹ ਆਰਾਮ ਨਾਲ ਬਣਿਆ? ਕਿੰਨੇ ਲੋਕਾਂ ਦੀਆਂ ਸ਼ਹਾਦਤਾਂ ਨੇ ਇਹਦੇ ਪਿੱਛੇ? ਜੀ ਆਰਾਮ ਨਾਲ ਤਾਂ ਨਹੀਂ ਬਣਿਆ, ਬਣਿਆ ਤਾਂ ਕਤਲੇਆਮ ਹੋ ਗਏ, ਆਰਾਮ ਨਾਲ ਕਿੱਥੋਂ ਬਣਨਾ? ਤੁਹਾਨੂੰ ਦੱਸਣ ਤੇ ਡਿਆ ਇੰਨੀ ਦੁਨੀਆ ਮਰੀ ਸੀ, ਪੈਰ ਰੱਖਣ ਨੂੰ ਥਾਂ ਨਹੀਂ ਸੀ। ਫਿਰ ਦੇਖਦੇ ਰਹੋ ਖੋਰੇ ਸੱਚ 47 ਦੇ ਅਬਿਟਰ ਟਰੁਥਸ ਟਰੁਥਸ ਆਫ 1947 ਔਰ ਮੈਂ ਤੁਹਾਡਾ ਆਪਣਾ ਹੋਸਟ ਬਾਬਾ ਜੀ। ਇੰਪੋਰਟਡ ਆਦਮੀ ਹੋ ਸਾਰੇ ਬੈਠੇ ਬਾਜ਼ਾਰ ਦੇ, ਕੀ ਗੱਲਾਂ ਕਰਦੇ ਹੋ ਆਪਣੇ ਘਰ ਦੀਆਂ? ਘਰ ਦੀਆਂ ਕਰੋ।